ਟੈਰਾ ਵਗੈਰਾ ਹੋਰ ਕਾਫੀ ਚੀਜ਼ਾਂ ਜਿਹੜੀਆਂ ਚੋਰਾਂ ਨੇ ਇੱਥੋਂ ਸਕੂਲ ਦੇ ਵਿੱਚੋਂ ਚੋਰੀ ਕੀਤੀਆਂ ਗਈਆਂ ਤੇ ਨਾਲ ਦਰਵਾਜ਼ਿਆਂ ਦੀ ਭੰਨ ਤੋੜ ਕੀਤੀ ਗਈ, ਅਲਮਾਰੀਆਂ ਤੋੜੀਆਂ ਗਈਆਂ, ਜਿਸ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਇਹਨਾਂ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਕਪੂਰਥਲਾ ਦੇ ਕੁਤਵਾਲੀ ਦੀ ਪੁਲਿਸ ਨੂੰ ਅਸੀਂ ਮੰਗ ਕਰਦੇ ਹਾਂ ਤੇ ਇਹਨਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ। ਪੁਲਿਸ ਨੂੰ ਇਤਲਾਹ ਮਿਲੀ ਸੀ ਵੀ ਦੇਵਲਾਵਾ ਸਰਕਾਰੀ ਹਾਈ ਸਕੂਲ ਵਿਖੇ ਚੋਰੀ ਹੋਈ ਆ ਤੇ ਅਸੀਂ ਉੱਥੇ ਮੌਕੇ ਤੇ ਗਏ ਸੀਗੇ ਜੀ। ਉੱਥੇ ਸਾਨੂੰ ਸਾਡੇ ਟੀਚਰ ਮਿਲੇ ਤੇ ਸਾਨੂੰ ਮੌਕਾ ਵੇਖਾ ਸਿੰਘ ਜਿਹੜੇ ਟੀਚਰ ਆ ਉਹਨਾਂ ਨੇ ਸਾਨੂੰ ਸਟੇਟਮੈਂਟ ਆਪਣੀ ਰਿਕਾਰਡ ਕਰਾਈ। ਸਕੂਲ ਦਾ ਜਿਹੜਾ ਅੰਦਰਲਾ ਜੀ ਬਿਲਡਿੰਗ ਦਾ ਮੇਨ ਤੋੜ ਕੇ ਨਾ ਤਾਲਾ ਦੇ ਅੰਦਰ ਅਣਪਛਾਤੇ ਵਿਅਕਤੀਆਂ ਨੇ ਦਾਖਲ ਹੋ ਕੇ ਪ੍ਰਿੰਸੀਪਲ ਦੀ ਜਾਂਚ ਦੇ ਵਿੱਚ ਜੀ ਅਸੀਂ ਜਾਣੀ ਕਿ ਸਾਹਮਣੇ ਆਏ ਕਿਸੇ ਨਸ਼ੇੜੀ ਜਿਹੇ ਵਿਅਕਤੀਆਂ ਦਾ ਕੰਮ ਹੈ ਜੀ ਇਹ। ਉੱਥੋਂ ਸਕੂਲ ਦੇ ਵਿੱਚੋਂ ਇੱਕ ਰਾਡ ਚੁੱਕ ਕੇ ਉਹਨਾਂ ਨੇ ਤੋੜ ਕੇ ਕੰਧਾਂ ਟੱਪ ਕੇ ਅੰਦਰ ਐਂਟਰ ਹੋ ਕੇ ਤਾਲੇ ਤੋੜੇ ਆ ਤੇ ਕੋਈ ਨਸ਼ੇੜੀ ਵਿਅਕਤੀਆਂ ਦਾ ਕੰਮ ਹੈ ਚੋਰੀ ਕਰਨਾ ਤੇ ਕਰ ਲਾਂਗੇ ਟ੍ਰੇਸ ਜੀ। ਸਤਿ ਸ਼੍ਰੀ ਅਕਾਲ, ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਯੂਟਿਊਬ 'ਤੇ।